अपनी चमड़ी विच आराम दे अते आत्म विश्वास होना हर किसी दे विच एह विशेषता नहीं हुंदी। यकीनी तौर उते नहीं जदों उन्हां दे सुपनियां दीआं नौकरियां दे लई उन्हां नूं इक खास तरीके दे नाल देखण दी लोड़ हुंदी है। अमरीका दे टैक्सास सूबे दे विच अपने परिवार दे नाल रहिंदी भारतीय मूल दी सिख नौजवान अरपिंदर कौर ने अपने आप नूं उसे तरह दीआं परेशानियां दे विच पाया ਜਦੋਂ ਏਅਰਲਾਈਨ ਦੇ ਅਮਲੇ ਲਈ ਅਧਿਕਾਰਿਤ ਡਰੈਸ ਕੋਡ ਪੱਗ ਵਰਗੇ ਧਾਰਮਿਕ ਸਿਰਲੇਖ ਦੇ ਅਨੁਕੂਲ ਨਹੀਂ ਸੀ, ਪਰ ਉਸਨੇ ਅਮਰੀਕਾ ਦੀ ਪਹਿਲੀ ਦਸਤਾਰਧਾਰੀ ਸਿੱਖ ਪਾਇਲਟ ਬਣਨ ਦੇ ਲਈ ਇਹਨਾਂ ਵਿਤਕਰੇ ਭਰੀਆਂ ਨੀਤੀਆਂ ਦਾ ਡਟ ਕੇ ਸਾਹਮਣਾ ਕੀਤਾ। ਇਹ ਸਿੱਖ ਮਰਦਾਂ ਅਤੇ ਔਰਤਾਂ ਦੋਵਾਂ ਲਈ ਇੱਕ ਮਾਰਗ ਦਰਸ਼ਕ ਵਾਲੀ ਅਰਪਿੰਦਰ ਕੌਰ ਦੀ ਵੱਡੀ ਪ੍ਰਾਪਤੀ ਸੀ, ਜਿਸਨੇ ਬਾਅਦ ਦੇ ਵਿੱਚ ਆਪਣੀ ਹਵਾਬਾਜ਼ੀ ਨੌਕਰੀ ਦੀ ਖਾਤਰ ਆਪਣੇ ਸਿੱਖ ਦਿੱਖ ਨੂੰ ਨਹੀਂ ਬਦਲਿਆ। ਵਰਤਮਾਨ ਦੇ ਵਿੱਚ ਅਮਰੀਕਨ ਏਅਰਲਾਈਨਸ ਦੀ ਕਪਤਾਨ ਵਜੋਂ ਸੇਵਾ ਕਰ ਰਹੀ ਅਰਪਿੰਦਰ ਕੌਰ ਨੂੰ ਮਾਰਚ 2008 ਦੇ ਵਿੱਚ ਆਪਣੀ ਗੱਲ ਕਹਿਣ ਦੇ ਲਈ ਵਾਪਸ ਸ਼ਿਕਾਇਤ ਦਰਜ ਕਰਨੀ ਪਈ ਸੀ। ਅਮਰੀਕਾ ਦੇ ਸਿੱਖ ਕੁਲੀਸ਼ਨ ਦੇ ਸਮਰਥਨ ਦੇ ਨਾਲ ਉਸਨੇ ਆਪਣੀ ਡਿਊਟੀ ਦੌਰਾਨ ਦਸਤਾਰ ਪਹਿਨਣ ਦਾ ਆਪਣਾ ਧਾਰਮਿਕ ਅਧਿਕਾਰ ਪ੍ਰਾਪਤ ਕੀਤਾ। ਜਦੋਂ ਉਸਨੂੰ 2008 ਦੇ ਵਿੱਚ ਅਮੈਰੀਕਨ ਏਅਰਲਾਈਨਸ ਕਾਰਪੋਰੇਸ਼ਨ ਦੁਆਰਾ ਇੱਕ ਫਸਟ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਸੀ। ਉਸਨੇ ਨਾ ਸਿਰਫ ਅਮਰੀਕਾ ਦੇ ਵਿੱਚ ਪਹਿਲੀ ਮਹਿਲਾ ਸਿੱਖ ਪਾਇਲਟ ਵਜੋਂ ਇਤਿਹਾਸ ਰਚਿਆ ਸੀ, ਸਗੋਂ ਉਹ ਪਹਿਲੀ ਸਿੱਖ ਪਾਇਲਟ ਸੀ ਜਿਸਨੇ ਸਿਰ ਉੱਤੇ ਦਸਤਾਰ ਪਾਈ ਸੀ। ਅਰਪਿੰਦਰ ਕੌਰ ਨੂੰ ਇਹ ਬਹਾਦਰੀ ਭਰਿਆ ਕਦਮ ਚੁੱਕਣ ਦੇ ਲਈ ਜਿਸਨੇ ਪ੍ਰੇਰਿਤ ਕੀਤਾ, ਉਸ ਬਾਰੇ ਗੱਲ ਕਰਦੇ ਹੋਏ ਉਹ ਕਹਿੰਦੀ ਹੈ ਕਿ ਇਹ ਪਹਿਲਾ ਉਡਾਨ ਦਾ ਪਿਆਰ ਸੀ ਅਤੇ ਦੂਜਾ ਭਾਈਚਾਰੇ ਦੇ ਲਈ ਇੱਕ ਮਿਸਾਲ ਕਾਇਮ ਕਰਨ ਤਾਂ ਜੋ ਉਹ ਜਾਣ ਸਕਣ ਕਿ ਤੁਸੀਂ ਆਪਣੀ ਸਿੱਖ ਦਿੱਖ ਵਿੱਚ ਹੋ ਅਤੇ ਪ੍ਰਦੇਸ਼ਾਂ ਦੇ ਵਿੱਚ ਕੁਝ ਕਰ ਸਕਦੇ ਹੋ ਤਾਂ ਜੋ ਸਿੱਖੀ ਦੀ ਪਹਿਚਾਣ ਬਣੇ। ਅਰਪਿੰਦਰ ਦਾ ਕਹਿਣਾ ਹੈ ਕਿ ਉਸਦੇ ਛੋਟੇ ਭੈਣ ਭਰਾ ਆਪਣੇ ਸਿੱਖ ਧਰਮ ਦਾ ਅਭਿਆਸ ਕਰਦੇ ਹੋਏ ਅਤੇ ਆਪਣੇ ਜਨੂਨ ਨੂੰ ਪੂਰਾ ਕਰਨ। ਉਡਾਨ ਪ੍ਰਤੀ ਉਸਦਾ ਸ਼ੌਕ ਭਾਵੇਂ ਛੋਟੀ ਉਮਰ ਦੇ ਵਿੱਚ ਸ਼ੁਰੂ ਹੋ ਗਿਆ ਸੀ, ਪਰ ਭਾਰਤ ਤੋਂ ਅਮਰੀਕਾ ਦੀ ਪਹਿਲੀ ਉਡਾਨ ਦੌਰਾਨ 15 ਸਾਲਾਂ ਦੀ ਅਰਪਿੰਦਰ ਕੌਰ ਨੇ ਪਾਇਲਟ ਬਣਨ ਦਾ ਦਿਲੋਂ ਫੈਸਲਾ ਕੀਤਾ। ਆਪਣੀ ਪੂਰੀ ਉਤਸੁਕਤਾ ਕਾਰਨ ਨੌਜਵਾਨ ਅਰਪਿੰਦਰ ਕੌਰ ਨੇ ਇੱਕ ਫਲਾਈਟ ਅਟੈਂਡੈਂਟ ਨੂੰ ਪੁੱਛਿਆ ਸੀ ਕਿ ਉਹ ਕਾਕਲੇਟ ਦੇ ਵਿੱਚ ਦਾਖਲ ਹੋ ਸਕਦੀ ਹੈ ਤਾਂ 11 ਸਤੰਬਰ ਦੇ ਹਮਲਿਆਂ ਤੋਂ ਪਹਿਲਾਂ ਹਵਾਈ ਯਾਤਰਾ ਦੇ ਆਰਾਮ ਦੇ ਦੌਰ ਦੇ ਵਿੱਚ ਉਸਨੂੰ ਕਾਕਪੇਟ ਦੇ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਇਹ ਉਹ ਪਾਲਸੀ ਜਿਸਨੇ ਉਸਦੇ ਕਰੀਅਰ ਦਾ ਟੀਚਾ ਤੈਅ ਕੀਤਾ ਸੀ। ਭਾਵੇਂ ਅਰਪਿੰਦਰ ਕੌਰ ਨੇ ਇੱਕ ਸੂਚਨਾ ਤਕਨਾਲੋਜੀ ਕੋਰਸ ਦੇ ਵਿੱਚ ਦਾਖਲਾ ਲਿਆ ਅਤੇ ਆਪਣੀ ਪੜ੍ਹਾਈ ਤੋਂ ਤੁਰੰਤ ਬਾਅਦ ਵਿਆਹ ਕਰਵਾ ਲਿਆ, ਪਰ ਅਰਪਿੰਦਰ ਕੌਰ ਨੇ ਵਿਆਹ ਤੋਂ ਬਾਅਦ ਆਪਣੇ ਪਾਇਲਟ ਦੇ ਸੁਪਨੇ ਵੱਲ ਆਪਣੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਅਤੇ ਕੁਝ ਸਾਲਾਂ ਦੇ ਵਿੱਚ ਹੀ ਉਸਨੇ ਆਪਣੀ ਪਾਇਲਟ ਸਿਖਲਾਈ ਪੂਰੀ ਕਰ ਲਈ। ਲੋੜੀਂਦੇ ਲਾਇਸੈਂਸ ਅਤੇ ਰਾਈਟ ਫਲਾਈਸ ਦੇ ਨਾਲ ਇੱਕ ਫਲਾਈਟ ਇੰਸਟ੍ਰਕਟਰ ਦੇ ਤੌਰ ਉੱਤੇ ਆਪਣਾ ਹਵਾਬਾਜ਼ੀ ਕਰੀਅਰ ਸ਼ੁਰੂ ਕੀਤਾ। ਉਸਨੇ ਬਹੁਤ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਨਿਯਮਾਂ ਨੂੰ ਬਦਲਣ ਦੀ ਹਿੰਮਤ ਕੀਤੀ। ਇਸ ਤਰ੍ਹਾਂ ਨੌਜਵਾਨ ਸੁਪਨੇ ਲੈਣ ਵਾਲਿਆਂ ਦੇ ਲਈ ਹਰ ਇੱਕ ਪ੍ਰੇਰਣਾ ਸਰੋਤ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।